ਆ ਵੇਖੋ ਕਿੰਨਾ ਭਿਆਨਕ ਸੜਕ ਹਾਦਸਾ ਹੋਇਆ ਜਿਸ ਦੇ ਵਿੱਚ ਫੋਰਚੂਨਰ ਨੇ ਬਾਈਕ ਸਵਾਰ ਦੋ ਬੰਦਿਆਂ ਨੂੰ ਭਿਆਨਕ ਟੱਕਰ ਮਾਰੀ ਹੈ ਜਿਸ ਦੇ ਵਿੱਚ ਇਸ ਬੰਦੇ ਦਾ ਸਿਰ ਮੌਕੇ ਤੇ ਹੀ ਪੜ ਜਾਂਦਾ ਹੈ ਤੇ ਇਸ ਦੀ ਮੌਤ ਹੋ ਜਾਂਦੀ ਹੈ। ਤਾਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਫੋਰਚੂਨਰ ਅਤੇ ਬਾਈਕ ਦੀ ਭਿਆਨਕ ਟੱਕਰ ਹੋਈ ਹੈ ਜਿਸ ਦੇ ਵਿੱਚ ਇੱਕ ਬੰਦੇ ਦੀ ਮੌਤ ਹੋ ਗਈ ਹੈ। ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲੋਕ ਇਕੱਠੇ ਹੋ ਗਏ ਨੇ। ਤਾਂ ਤੁਹਾਨੂੰ ਦੱਸ ਦਈਏ ਕਿ ਬੱਸੀ ਪਠਾਣਾ ਦੇ ਬਾਈਪਾਸ ਰੋਡ ਤੇ ਇਹ ਵੱਡਾ ਹਾਦਸਾ ਹੋਇਆ ਜਿੱਥੇ ਮੋਟਰਸਾਈਕਲ ਅਤੇ ਫੋਰਚੂਨਰ ਵਿਚਕਾਰ ਜ਼ਬਰਦਸਤ ਟੱਕਰ ਹੁੰਦੀ ਹੈ ਜਿਸ ਦੇ ਵਿੱਚ ਮੋਟਰਸਾਈਕਲ ਸਵਾਰ ਇੱਕ ਸ਼ਖਸ ਦੀ ਮੌਤ ਹੋ ਜਾਂਦੀ ਹੈ ਜਦਕਿ ਇੱਕ ਗੰਭੀਰ ਜ਼ਖਮੀ ਹੋ ਜਾਂਦਾ ਹੈ ਜਿਸ ਨੂੰ ਕਿ ਹਸਪਤਾਲ ਲਿਜਾਇਆ ਜਾਂਦਾ। ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਦੀ ਟੀਮ ਵੀ ਪਹੁੰਚਦੀ ਹੈ ਤਾਂ ਉਹਨਾਂ ਦੱਸਿਆ ਕਿ ਦੋ ਵਾਹਨਾਂ ਵਿਚਕਾਰ ਟੱਕਰ ਹੋਈ ਹੈ ਜਿਸ ਦੇ ਵਿੱਚ ਫੋਰਚੂਨਰ ਅਤੇ ਇੱਕ ਮੋਟਰਸਾਈਕਲ ਹੁੰਦਾ ਹੈ ਜਿਸ ਕਾਰਨ ਇੱਕ ਬੰਦੇ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਦਕਿ ਦੂਸਰਾ ਗੰਭੀਰ ਜ਼ਖਮੀ ਹੈ ਜਿਸ ਨੂੰ ਕਿ ਨਜ਼ਦੀਕੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਜਾਂਦਾ ਹੈ। ਤਾਂ ਇਹ ਮੌਕੇ ਦੀਆਂ ਤਸਵੀਰਾਂ ਨੇ ਜਿਸ ਤੋਂ ਬਾਅਦ ਕਾਫੀ ਲੰਬਾ ਜਾਮ ਲੱਗ ਜਾਂਦਾ ਹੈ, ਲੋਕ ਇਕੱਠੇ ਹੋ ਜਾਂਦੇ ਆ ਕਿਉਂਕਿ ਇਸ ਬੰਦੇ ਦੇ ਸਿਰ ਤੇ ਭਾਰੀ ਸੱਟ ਲੱਗਦੀ ਹੈ ਜਿਸ ਕਾਰਨ ਉਸਦਾ ਸਿਰ ਫਟ ਜਾਂਦਾ ਹੈ ਤੇ ਮੌਕੇ ਤੇ ਹੀ ਉਸਦੀ ਮੌਤ ਹੋ ਜਾਂਦੀ ਹੈ। ਤਾਂ ਪੁਲਿਸ ਦੇ ਵੱਲੋਂ ਹੁਣ ਗੱਡੀ ਨੂੰ ਵੀ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਜੀ, ਅੱਜ ਸਾਨੂੰ ਕਰੀਬ 11:15 ਦੇ ਕਰੀਬ ਸੂਚਨਾ ਮਿਲੀ ਸੀ, ਇੱਕ ਮੋਟਰਸਾਈਕਲ ਅਤੇ ਇੱਕ ਕਾਰ ਦਾ ਐਕਸੀਡੈਂਟ ਹੋਇਆ ਤੇ ਜਿਹਦੇ ਵਿੱਚ ਮੋਟਰਸਾਈਕਲ ਸਵਾਰ ਇੱਕ ਦੀ ਡੈਥ ਹੋ ਗਈ ਹੈ ਤੇ ਇੱਕ ਜ਼ਖਮੀ ਹੈ ਜੋ ਹਸਪੀਟਲ ਦੇ ਵਿੱਚ ਹੈ। ਸਰ, ਜਿਹੜੇ ਜ਼ਖਮੀ ਹੋਏ ਨੇ ਤੇ ਜਿਹਨਾਂ ਦੇ ਸੱਟਾਂ ਲੱਗੀਆਂ ਉਹਨਾਂ ਦੀ ਪਛਾਣ ਹੋਈ ਹੈ? ਹਾਂਜੀ, ਜਿਹੜੇ ਮੋਟਰਸਾਈਕਲ ਤੇ ਸੀ ਇਹ ਦੋ ਜਣੇ ਜਾ ਰਹੇ ਸੀ, ਇੱਕ ਦਾ ਨਾਮ ਮਹਿਮਾ ਸਿੰਘ ਸੀ, ਇੱਕ ਦਾ ਨਾਮ ਕਰਨੈਲ ਸਿੰਘ ਸੀ। ਤੇ ਸਰ, ਟੱਕਰ ਕਿੰਨਾ ਕਿੰਨਾ ਦੀ ਹੋਈ ਹੈ ਜੀ? ਇੱਕ ਕਾਰ ਦੀ ਹੋਈ ਹੈ ਤੇ ਇੱਕ ਮੋਟਰਸਾਈਕਲ ਦੀ। ਕਾਰ ਆਈਡੈਂਟੀਫਾਈਡ ਹੈ ਜੀ, ਕਬਜ਼ੇ ਦੇ ਵਿੱਚ ਹੈ। ਠੀਕ ਹੈ। ਤੇ ਜਿਹੜਾ ਉਹਦਾ ਡਰਾਈਵਰ ਹੈ ਉਹ ਵੀ ਅਸੀਂ ਅਪਰੀਹੈਂਡ ਕੀਤਾ। ਪਰ ਕਿੱਥੇ ਦੇ ਰਹਿਣ ਵਾਲੇ ਸੀ? ਜੋ ਮਹਿਮਾ ਸਿੰਘ ਹੈ ਇਹ ਪਿੰਡ ਖਾਸਪੁਰ ਦੇ ਰਹਿਣ ਵਾਲੇ ਨੇ ਬੱਸੀ ਪਠਾਣਾ ਤੇ, ਅਤੇ ਜੋ ਕਰਨੈਲ ਸਿੰਘ ਸੀ ਇਹ ਪਿੰਡ ਮੁੱਲਾਂਪੁਰ ਦੇ ਰਹਿਣ ਵਾਲੇ ਨੇ। ਸਰ, ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ? ਅਸੀਂ ਜੀ ਹਜੇ ਜ਼ਖਮੀ ਜੋ ਹੈਗੇ ਨੇ ਕਰਨੈਲ ਸਿੰਘ ਇਹਨਾਂ ਨੂੰ ਸੋਰੀ ਮਹਿਮਾ ਸਿੰਘ ਨੇ ਜਿਹੜੇ ਇਹਨਾਂ ਨੂੰ ਹੋਸਪਿਟਲ ਪਹੁੰਚਾਇਆ ਤੇ ਇਹਦੇ ਤੇ ਜੋ ਬਣਦੀ ਕਾਨੂੰਨੀ ਕਾਰਵਾਈ ਅਸੀਂ ਉਹ ਅਮਲ ਦੇ ਵਿੱਚ ਲਿਆ ਰਹੇ ਹਾਂ। ਆ ਵੇਖੋ ਕਿੰਨਾ ਭਿਆਨਕ ਸੜਕ ਹਾਦਸਾ ਹੋਇਆ ਜਿਸ ਦੇ ਵਿੱਚ ਫੋਰਚੂਨਰ ਨੇ ਬਾਈਕ ਸਵਾਰ ਦੋ ਬੰਦਿਆਂ ਨੂੰ ਭਿਆਨਕ ਟੱਕਰ ਮਾਰੀ ਹੈ ਜਿਸ ਦੇ ਵਿੱਚ ਇਸ ਬੰਦੇ ਦਾ ਸਿਰ ਮੌਕੇ ਤੇ ਹੀ ਪੜ ਜਾਂਦਾ ਹੈ ਤੇ ਇਸ ਦੀ ਮੌਤ ਹੋ ਜਾਂਦੀ ਹੈ। ਤਾਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਫੋਰਚੂਨਰ ਅਤੇ ਬਾਈਕ ਦੀ ਭਿਆਨਕ ਟੱਕਰ ਹੋਈ ਹੈ ਜਿਸ ਦੇ ਵਿੱਚ ਇੱਕ ਬੰਦੇ ਦੀ ਮੌਤ ਹੋ ਗਈ ਹੈ। ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲੋਕ ਇਕੱਠੇ ਹੋ ਗਏ ਨੇ। ਤਾਂ ਤੁਹਾਨੂੰ ਦੱਸ ਦਈਏ ਕਿ ਬੱਸੀ ਪਠਾਣਾ ਦੇ ਬਾਈਪਾਸ ਰੋਡ ਤੇ ਇਹ ਵੱਡਾ ਹਾਦਸਾ ਹੋਇਆ ਜਿੱਥੇ ਮੋਟਰਸਾਈਕਲ ਅਤੇ ਫੋਰਚੂਨਰ ਵਿਚਕਾਰ ਜ਼ਬਰਦਸਤ ਟੱਕਰ ਹੁੰਦੀ ਹੈ ਜਿਸ ਦੇ ਵਿੱਚ ਮੋਟਰਸਾਈਕਲ ਸਵਾਰ ਇੱਕ ਸ਼ਖਸ ਦੀ ਮੌਤ ਹੋ ਜਾਂਦੀ ਹੈ ਜਦਕਿ ਇੱਕ ਗੰਭੀਰ ਜ਼ਖਮੀ ਹੋ ਜਾਂਦਾ ਹੈ ਜਿਸ ਨੂੰ ਕਿ ਹਸਪਤਾਲ ਲਿਜਾਇਆ ਜਾਂਦਾ। ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਦੀ ਟੀਮ ਵੀ ਪਹੁੰਚਦੀ ਹੈ ਤਾਂ ਉਹਨਾਂ ਦੱਸਿਆ ਕਿ ਦੋ ਵਾਹਨਾਂ ਵਿਚਕਾਰ ਟੱਕਰ ਹੋਈ ਹੈ ਜਿਸ ਦੇ ਵਿੱਚ ਫੋਰਚੂਨਰ ਅਤੇ ਇੱਕ ਮੋਟਰਸਾਈਕਲ ਹੁੰਦਾ ਹੈ ਜਿਸ ਕਾਰਨ ਇੱਕ ਬੰਦੇ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਦਕਿ ਦੂਸਰਾ ਗੰਭੀਰ ਜ਼ਖਮੀ ਹੈ ਜਿਸ ਨੂੰ ਕਿ ਨਜ਼ਦੀਕੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਜਾਂਦਾ ਹੈ। ਤਾਂ ਇਹ ਮੌਕੇ ਦੀਆਂ ਤਸਵੀਰਾਂ ਨੇ ਜਿਸ ਤੋਂ ਬਾਅਦ ਕਾਫੀ ਲੰਬਾ ਜਾਮ ਲੱਗ ਜਾਂਦਾ ਹੈ, ਲੋਕ ਇਕੱਠੇ ਹੋ ਜਾਂਦੇ ਆ ਕਿਉਂਕਿ ਇਸ ਬੰਦੇ ਦੇ ਸਿਰ ਤੇ ਭਾਰੀ ਸੱਟ ਲੱਗਦੀ ਹੈ ਜਿਸ ਕਾਰਨ ਉਸਦਾ ਸਿਰ ਫਟ ਜਾਂਦਾ ਹੈ ਤੇ ਮੌਕੇ ਤੇ ਹੀ ਉਸਦੀ ਮੌਤ ਹੋ ਜਾਂਦੀ ਹੈ। ਤਾਂ ਪੁਲਿਸ ਦੇ ਵੱਲੋਂ ਹੁਣ ਗੱਡੀ ਨੂੰ ਵੀ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਜੀ, ਅੱਜ ਸਾਨੂੰ ਕਰੀਬ 11:45 ਦੇ ਕਰੀਬ ਸੂਚਨਾ ਮਿਲੀ ਸੀ, ਇੱਕ ਮੋਟਰਸਾਈਕਲ ਅਤੇ ਇੱਕ ਕਾਰ ਦਾ ਐਕਸੀਡੈਂਟ ਹੋਇਆ ਤੇ ਜਿਹਦੇ ਵਿੱਚ ਮੋਟਰਸਾਈਕਲ ਸਵਾਰ ਇੱਕ ਦੀ ਡੈਥ ਹੋ ਗਈ ਹੈ ਤੇ ਇੱਕ ਜ਼ਖਮੀ ਹੈ ਜੋ ਹਸਪੀਟਲ ਦੇ ਵਿੱਚ ਹੈ। ਸਰ, ਜਿਹੜੇ ਜ਼ਖਮੀ ਹੋਏ ਨੇ ਤੇ ਜਿਹਨਾਂ ਦੇ ਸੱਟਾਂ ਲੱਗੀਆਂ ਉਹਨਾਂ ਦੀ ਪਛਾਣ ਹੋਈ ਹੈ? ਹਾਂਜੀ, ਜਿਹੜੇ ਮੋਟਰਸਾਈਕਲ ਤੇ ਸੀ ਇਹ ਦੋ ਜਣੇ ਜਾ ਰਹੇ ਸੀ,
ਇੱਕ ਦਾ ਨਾਮ ਮਹਿਮਾ ਸਿੰਘ ਸੀ, ਇੱਕ ਦਾ ਨਾਮ ਕਰਨੈਲ ਸਿੰਘ ਸੀ। ਅਤੇ ਸਰ ਟੱਕਰ ਕਿੰਨਾ ਕਿੰਨਾ ਦੀ ਹੋਈ ਹੈ ਜੀ? ਇੱਕ ਕਾਰ ਦੀ ਹੋਈ ਹੈ ਅਤੇ ਇੱਕ ਮੋਟਰਸਾਈਕਲ ਦੀ। ਕਾਰ ਆਈਡੈਂਟੀਫਾਈਡ ਹੈ ਜੀ, ਕਬਜ਼ੇ ਦੇ ਵਿੱਚ ਹੈ। ਠੀਕ ਹੈ। ਅਤੇ ਜਿਹੜਾ ਉਹਦਾ ਡਰਾਈਵਰ ਹੈ ਉਹ ਵੀ ਅਸੀਂ ਅਪਰੀਹੈਂਡ ਕੀਤਾ। ਪਰ ਕਿੱਥੇ ਦੇ ਰਹਿਣ ਵਾਲੇ ਸੀ ਜੀ? ਜੋ ਜੋ ਮਹਿਮਾ ਸਿੰਘ ਹੈ ਇਹ ਪਿੰਡ ਖਾਸਪੁਰ ਦੇ ਰਹਿਣ ਵਾਲੇ ਨੇ, ਬਸੀ ਪਠਾਣਾ ਦੇ। ਅਤੇ ਜੋ ਕਰਨੈਲ ਸਿੰਘ ਸੀ ਇਹ ਪਿੰਡ ਮੁੱਲਾਂਪੁਰ ਦੇ ਰਹਿਣ ਵਾਲੇ ਨੇ। ਸਰ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ? ਅਸੀਂ ਜੀ ਹਜੇ ਜ਼ਖਮੀ ਜੋ ਹੈਗੇ ਨੇ ਕਰਨੈਲ ਸਿੰਘ ਇਹਨਾਂ ਨੂੰ ਸੋਰੀ ਮਹਿਮਾ ਸਿੰਘ ਨੇ ਜਿਹੜੇ ਇਹਨਾਂ ਨੂੰ ਹੋਸਪਿਟਲ ਪਹੁੰਚਾਇਆ, ਅਤੇ ਇਹਦੇ 'ਤੇ ਜੋ ਬਣਦੀ ਕਾਨੂੰਨੀ ਕਾਰਵਾਈ ਅਸੀਂ ਉਹ ਅਮਲ ਦੇ ਵਿੱਚ ਲਿਆ ਰਹੇ ਹਾਂ।